ਅਸਸਲਾਮੁਅਲੈਕੁਮ ਵੀਰਾਂ ਮਿੰਨਿਓ ਵੈਲਕਮ ਬੈਕ ਨਿਊ ਬ੍ਰਾਂਡ ਵਲੌਗ ਜਿਹਾ ਸਾਰਿਆਂ ਦਾ ਵੈਲਕਮ ਹੋ ਮੈਂ ਕਹਾਂ ਜੀ ਮੇਰੇ ਵੀਰ ਤੇ ਮਿੰਨੀਆਂ ਜਿੱਥੇ ਵੀ ਹੋਣਗੇ ਠੀਕ ਹੋਣਗੇ ਫਿਰ ਆਪ ਸੋਨਾ ਤੁਹਾਨੂੰ ਮੇਨ ਆਪਣੀ ਇੱਜ਼ਤ ਇਮਾਨ ਚ ਰੱਖ ਤੇ ਬਿਮਾਰੀ ਤੋਂ ਮਹਫੂਜ਼ ਰੱਖੇ ਆਮੀਨ ਜਿਨਾਂ ਨੇ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਫਟਾਫਟ ਕਰ ਦੋ ਸਬਸਕ੍ਰਾਈਬ ਤੇ ਬੈਲ ਦੀ ਘੰਟੀ ਨੂੰ ਵੀ ਖੜਕਾ ਦਿਓ ਤੇ ਜਿਨਾਂ ਨੇ ਕਰਤਾ ਉਹਨਾਂ ਦਾ ਬਹੁਤ ਸ਼ੁਕਰੀਆ ਅੱਜੋ ਮੇਰੇ ਨਾਲ ਮੇਰੇ ਮੱਲੇ ਚ ਅੱਜ ਵਾਕ ਕਾਣਨੇ ਆ ਫਜ਼ਰ ਦੀ ਨਮਾਜ਼ ਪੜੀ ਤੇ ਮੋਟਰ ਚਲਾਈ ਸੀ ਐਦਾ ਮੈਂ ਫਿਰ ਬਟਨ ਬੰਦ ਕੀਤਾ ਇਹ ਗਾਜੀ ਸਾਡਾ ਮੱਲਾ ਬੜੀਆਂ ਯਾਦਾਂ ਇਹਦੇ ਨਾਲ ਵਾਪਸ ਤਾ ਗਿਆ ਛੋਟੇ ਹੁੰਦੇ ਵੀ ਇੱਥੇ ਖੇਲਦੇ ਸੀ ਬਚਪਨ ਸਾਰਾ ਸੀ ਇੱਥੇ ਹੀ ਗੁਜ਼ਾਰਿਆ ਤੇ ਸ਼ਾਦੀ ਵੀ ਮੇਰੀ ਇੱਥੇ ਹੀ ਹੋ ਗਈ ਤਾਇਆ ਜੀ ਦੇ ਤੇ ਫਿਰ ਮੱਲਾ ਉਹੀ ਰਿਹਾ ਯਾਦਾਂ ਬਚਪਨ ਦੀਆਂ ਸਾਰੀਆਂ ਮੈਂ ਕਹਿ ਰਿਆਂ ਸਾਡੇ ਅਜੇ ਵੀ ਜ਼ਿਹਾਂ ਚ ਗਈਆਂ ਤੇ ਜਦੋਂ ਜ਼ਿਹਨ ਦੇ ਕੋੜੇ ਦਰਾਈਏ ਨਾ ਤੇ ਯਾਦਾਂ ਆ ਜਾਂਦੇ ਅਸੀਂ ਵੀ ਇੱਥੇ ਖੇលਦੇ ਸੀ ਦੋਸਤੀ ਦੂਸਰੇ ਬੱਚਾ ਨੂੰ ਖੇលਦੇ ਦੇਖਨੇ ਆ ਅਸੀਂ ਕਿਤੇ ਬਾਹਰ ਨਹੀਂ ਜਾਇਦਾ ਪਾਰਕ ਜਾਣ ਦੀ ਰੁਟੀਨ ਬਣਾਈ ਸੀ ਕੋਰੋਨਾ ਐਸਾ ਆਇਆ ਮੈਂ ਕਹਿ ਰਿਓ ਨੇ ਸਾਡੀਆਂ ਰੁਟੀਨਾਂ ਹੀ ਖਰਾਬ ਕਰਤੀਆਂ ਅਸੀਂ ਰਾਤ ਦਾ ਖਾਣਾ ਖਾ ਕੇ ਵੀ ਇੱਥੇ ਵੋਕ ਕਰ ਲਈਦੀ ਐ ਤੇ ਫਜਰ ਵਿੱਚ ਵੀ ਨਿਕਲ ਆਇਦਾ ਫਜਰ ਤੇ ਘੱਟ ਰਾਤ ਨੂੰ ਬਹੁਤੇ ਇੱਥੇ ਚੱਕਰ ਲਾਈਦੇ ਸੀ ਮੱਲੇ ਚੀ ਵੋਕ ਹੋ ਜਾਂਦੀ ਸੀ ਸਾਡੇ ਤੇ ਫਿਰ ਟੈਂਟ ਫਾਟ ਵੀ ਰਹੀਦਾ ਸੀ ਪਹਿਲੇ ਕਿ ਬੁਮਾਰੀਆਂ ਕਿਹੜਾ ਪਾਂ ਤੇ ਉਹ ਕਰਨੀ ਚਾਹੀਦੀ ਐ ਇਸ ਲਈ ਅੱਜ ਮੈਂ ਬਾਹਰ ਆ ਗਈ ਮੈਂ ਕਿਹਾ ਉਹਨਾਂ ਟਾਈਮ ਟੇਬਲ ਬਣਾਵਾਂਗੇ ਕਿ ਫਜਰ ਦੀ ਨਮਾਜ਼ ਤੋਂ ਬਾਅਦ ਬਾਹਰ ਦੇ ਘੇਰੇ ਘਟਿਆ ਕਰੀਏ ਅੱਧਾ ਘੰਟਾ ਤੇ ਘੁੰਮੀਆਂ ਫਿੜੀਆਂ ਕਰੀਏ ਇੱਕ ਤੇ اچھا ਲੱਗਦਾ ਹੈ ਸਵੇਰ ਦੇ ਟਾਈਮ ਬਹੁਤ ਚਿੰਪ੍ਰਿੰਦਿਆਂ ਦੀ ਆਵਾਜ਼ ਇੱਕ ਖਮੋਸ਼ੀ ਤੇ ਉਸ ਤੋਂ ਬਾਅਦ ਤਸਬੀਹਾਤ ਕਰਨੀ ਹੈ ਜਿਹੜੀ ਅੰਦਰ ਬੈਠ ਕੇ ਉਹ ਬੰਦਾ ਬਾਹਰ ਹੀ ਕਰੇ ਵਾਕ ਵੀ ਕਰੇ ਤੇ ਨਾਲ ਤਸਬੀਹਾਤ ਵੀ ਕਰੇ ਆਪਣੀ ਸਾਡਾ ਮੱਲਾ ਬੜਾ ਹੀ ਸੇਫ ਹੈਗਾ ਬੱਚਿਆਂ ਵਾਸਤੇ ਬੱਚਿਆਂ ਤੇ ਖੇਲਣ ਕੋਈ ਡਰ ਖੋਫ ਨਹੀਂ ਹੈਗਾ ਤੇ ਬੱਚੇ ਬੜੇ ਆਰਾਮ ਨਾਲ ਖੇਲਦੇ ਆਂ ਬੰਦ ਮੱਲਾ ਹੈਗਾ ਨਾ ਤੇ ਇਹ ਬਹੁਤ ਵੱਡੀ ਅੱਲਾਹ ਤਾਲਾ ਦੀ ਨਿਮਤ ਹੈ ਕੀ ਹੈ ਅਸੀਂ ਵੀ ਇੱਥੇ ਖੇលੀਦਾ ਸੀ ਪਕੜਨ ਪੋਕਰ ਆਈ ਅੱਖ ਮਚੋਲੀ ਜਿੰਨੇ ਵੀ ਖੇਲ ਹੁੰਦੇ ਸੀ ਰਾਜੇ ਕੀ ਬੇਟੀ ਆ ਗਈ ਸਾਰੇ ਖੇលਸੀ ਅਤੇ ਖੇਲਦੰਦੇ ਸੀ ਸੇਲੀਆਂ ਦੇ ਨਾਲ ਤੇ ਉਹ ਗੁਜ਼ਰੇ ਦਿਨ ਬਚਪਨ ਦੇ ਮੈਂ ਕਰੀਆਂ ਯਾਦ ਆ ਜਾਂਦੇ ਨੇ ਬਚਪਨ ਤੇ ਬਹੁਤ ਹੀ ਸੋਨਾ ਹੁੰਦਾ ਨਾ ਫਿਕਰ ਨਾ ਫਾਕਾ ਬਸ ਖੇਲਣਾ ਹੁੰਦਾ ਤੇ ਇੱਕ ਖਾਣਾ ਪੀਣਾ ਹੁੰਦਾ ਸਾਰੇ ਕੰਮ ਤੇ ਮਾਂ ਕਰਕੇ ਦਿੰਦੀ ਏ ਤੇ ਬੱਚਿਆਂ ਨੂੰ ਕੀ ਫਿਕਰਾ ਹੁੰਦੀਆਂ ਤੇ ਜਦੋਂ ਮਾਂ ਬਣੇ ਤੇ ਫਿਰ ਪਤਾ ਲੱਗਿਆ ਮਾਂ ਮਾ ਕੈਨਾ ਆਸਾਨ ਸੀ ਤੇ ਮਾਂ ਘਲਵਾਨਾ ਬਹੁਤ ਹੀ ਮੁਸ਼ਕਿਲ ਬੋਕੀ ਕਲਤੀ ਤੇ ਤਾਂ ਆਪਣੇ ਬਚਪਨ ਦੀਆਂ ਯਾਦਾਂ ਵੀ ਸ਼ੇਅਰ ਕਰਤੀਆਂ ਚੱਲ ਨੇ ਉੱਪਰ ਤੇ ਮਦਸੇ ਨੂੰ ਉਠਾਣੇ ਆ ਤੇ ਉਹਦਾ ਨਾਸ਼ਤਾ ਬਣਾਉਣੇ ਆ ਇਹ ਉਹਦੇ ਬੋਲ ਗਿਰੋਏ ਨੇ ਕਿ ਦੇ ਬਾਹਰ ਤੇ ਫਿਰ ਅੱਥੀ ਸੁੱਟ ਦਿੰਦਾ ਹੈ ਤੇ ਅਕਸਰ ਦਰਵਾਜ਼ਾ ਖੁੱਲਾ ਰਹਿੰਦਾ ਜਿਹੜਾ ਜਿਨ੍ਹਾਂ ਨੇ ਵੀ ਖੇਲਣਾ ਹੁੰਦਾ ਬੱਚਿਆਂ ਨੇ ਚੁੱਕ ਕੇ ਲੈ ਜਾਂਦੇ ਨੇ ਫਿਰ ਅੱਤੇ ਫਿਰ ਦੁਬਾਰਾ ਸੁੱਟ ਜਾਂਦੇ ਨੇ ਮੈਂ ਉੱਪਰ ਆਈ ਆ ਕੇ ਫਿਰ ਮੁਦੱਸਿਰ ਨੂੰ ਜਗਾਇਆ ਕਿਉਂਕਿ ਫਾਤਿਮਾ ਤੇ ਫ੍ਰੀ ਹੋ ਗਈ ਸੀ ਪੇਪਰਾਂ ਤੋਂ ਅੱਜ ਉਹ ਸੋਏਗੀ ਆਰਾਮ ਨਾਲ ਉੱਠੇਗੀ ਫਿਰ ਉਹਨੂੰ ਨਾਸ਼ਤਾ ਦਾਂਗੇ ਫ੍ਰੀਜ 'ਚੋਂ ਆਟਾ ਕਢਾਲਨੇ ਆ ਤੇ ਮੁਦੱਸਿਰ ਦਾ ਬ੍ਰੇਕਫਾਸਟ ਬਣਾਣੇ ਆ ਮੈਨੂੰ ਪਤਾ ਹੈ ਉਹਨੂੰ ਕੀ ਪਸੰਦ ਹੈ ਤੇ ਅੱਜ ਇਹਦਾ ਫੇਵਰਿਟ ਨਾਸ਼ਤਾ ਉਹਨੂੰ ਬਣਾ ਕੇ ਦੇਣਾ ਜਿਹੜਾ ਆਰਾਮ ਨਾਲ ਖਾ ਲੇਗਾ ਨੇ ਹੀ ਤੇ ਨਾਸ਼ਤਾ ਕਰਦੇ ਵੀ ਨਾ ਬੱਚੇ ਬਹੁਤ ਤੰਗ ਕਰਦੇ ਨੇ ਆਟਾ ਕਾ ਲਿਆ ਮੈਂ ਫ੍ਰਿਜ ਚੋਂ ਤੇ ਕਿਚਨ ਚ ਲੈ ਗਈ ਐਸੇ ਮੈਂ ਉਹਦੇ ਲਈ ਪਿਆਰਾ ਜਿਹਾ ਪੇੜਾ ਕਰਾਂਗੀ پراਠੇ ਦਾ ਮਾਂ ਨਾ ਬੱਚਿਆਂ ਵਾਸਤੇ ਬੜੀਆਂ ਕੁਰਬਾਨੀਆਂ ਦਿੰਦੀ ਉਹਨਾਂ ਨੂੰ ਮਾਂ ਨੂੰ ਪਤਾ ਹੁੰਦਾ ਕਿ ਮੇਰਾ ਬੱਚਾ ਕਿਹੜੀ ਚੀਜ਼ ਖਾ ਕੇ ਖੁਸ਼ ਹੋਏਗਾ ਕਿਹੜਾ ਕੀ 얘 ਦੇ ਲਈ ਬਣਾਵਾਂ ਕਿ ਔਰਤ ਉਹ ਖੁਸ਼ ਹੋ ਜਾਏਗੀ ਇੱਕ ਮਾਈ ਤੇ ਹੁੰਦੀ ਹੈ ਜਿਹੜੀ ਸਭ ਕੁਝ ਜਾਣਦੀ ਹੈ ਬੱਚਿਆਂ ਦੀ ਹਰ ਚੀਜ਼ ਦੇ ਬਾਰੇ ਚ ਉਹਨੂੰ ਪਤਾ ਹੁੰਦਾ ਹੈ ਇਥੇ ਮੈਂ ਕਿਉ ਤੇ ਖੁਸ਼ਕਾ ਪਾ ਕੇ ਤੇ ਬੜਾ ਹੀ ਸੋਨਾ ਪੇੜਾ ਕੱਲਤਾ ਐ ਇਹਨਾਂ ਪਰਾਠਾ ਬੜੇ ਹੀ ਸ਼ੌਕ ਨਾਲ ਖਾਂਦਾ ਨਾ ਇਹਨੂੰ ਡਬਲ ਰੋਟੀ ਪਸੰਦ ਦੇ ਨਾ ਇਹਨੂੰ ਕੋਈ ਹੋਰ ਸ਼ੈ ਪਸੰਦ ਐ ਇਹਨੂੰ ਸਿਰਫ ਪਰਾਠਾ ਪਸੰਦ ਐ ਤੇ ਕਦੀ ਕਦੀ ਕਹੇਗਾ ਕਿ ਅੱਜ ਮੈਂ ਨਾਨ ਚਨੇ ਖਾਣੇ ਆ ਤੇ ਜਿਸ ਦਿਨ ਫਿਰ ਇਹਨੇ ਨਾਨ ਚਨੇ ਖਾਣੇ ਇਹਨਾਂ ਨੇ ਪਰਾਠਾ ਨਹੀਂ ਖਾਣਾ ਤੇ ਪਰਾਠਾ ਤੇ ਅਕਸਰ ਹੈ ਬਾਜ਼ਾਰੋਂ ਲਿਆਕ ਵੀ ਖਾਂਦਾ ਹੈ ਬਲਕਿ ਪਠਾਨਾ ਦਾ ਹੋਟਲ ਉੱਤੇ ਜਾ ਕੇ ਚਾਹ ਪਰਾਟੇ ਖਾਂਦਾ ਹੈ ਐਨੂੰ ਤੇ ਲੱਗ ਹੀ ਗਏ ਸੀ ਮੇਰੇ ਪਰਾਠੇ ਆ ਪੁੱਲ ਗਿਆ ਸੀ ਮਾਂ ਦੇ ਹੱਥ ਤੇ ਤੇ ਐਨੂੰ ਬਾਜ਼ਾਰ ਦੇ ਪਰਾਠੇ ਅੱਛੇ ਲੱਗਣ ਲੱਗ ਪਏ ਸੀ ਐਥੇ ਬੜਾ ਸੋਨਾ ਪੇੜਾ ਕੜ ਕੇ ਤੇ ਉਹਨੂੰ ਫਿਰ ਮੈਂ ਵੇਲ ਲਿੱਤਾ ਉਸ ਤੋਂ ਬਾਅਦ ਚੱਕਨੇ ਵੇਲ ਦਾ ਨੂੰ ਸੁਧਰਾ ਪੁਦਰਾ ਕਰ ਲਾਂਗੇ ਤੇ ਉਸ ਤੋਂ ਬਾਅਦ ਛਾਂਡ ਕੇ ਤੇ ਐਨੂੰ ਤਵੇ ਦੇ ਉੱਤੇ ਨਮ ਲੇਟ ਕਰ ਦਵਾਂਗੇ ਆਟਾ ਐਤ ਕੀ ਸਫੇਦ ਆ ਗਿਆ ਸੀ ਨਹੀਂ ਤੇ ਕਨਕ ਦਾ ਹੁੰਦਾ ਐ ਨਾ ਗੁੰਨ ਚੱਥਾ ਦਾ ਤੇ ਨਾ ਪਕਾਂ ਚੱਛਾ ਹੁੰਦਾ ਤੇ ਖਾਂ ਚ ਵੀ ਅੰਨਾ ਅੱਛਾ ਨਹੀਂ ਹੁੰਦਾ ਦੇਸੀ ਆਟਾ ਕਨਕ ਦਾ ਜਿਹੜਾ ਹੁੰਦਾ ਨਾ ਚੱਕੀਆਂ ਦਾ ਉਹ ਆਟਾ ਖਾਣ ਵਾਲਾ ਹੁੰਦਾ ਐਤ ਕੀ ਸਫੇਦ ਆਟਾ ਐ ਜੇ ਜਿੰਨੀ ਮਰਜ਼ੀ ਰੋਟੀ ਛੰਟੋ ਰੋਟੀ ਨਾ ਇਕੱਠੀ ਹੋ ਹੋ ਬਸ ਜਾਂਦੀ ਏ ਐ ਰੋਟੀ ਸਾਰੀ ਸਾਈਡਾਂ ਤੋਂ ਪਾੜੀ ਹੋ ਗਈ ਵਿੱਚ ਕੋ ਰੋ ਵੇਖੋ ਕਿੰਨੀ ਹਲਕੀ ਹੋ ਗਈ ਕਿ ਉਹਦੇ ਆਸੇ ਪਾਸੇ ਨਾ ਨਜ਼ਰ ਆਂਦਾ ਪਿਆ ਸੀ ਪਰਾਠਾ ਮੈਂ ਤਵੇ ਤੇ ਲਮਲੇਟ ਕਰ ਦਿੱਤਾ ਉਸ ਤੋਂ ਬਾਅਦ ਪਲਟ ਵੀ ਦਿੱਤਾ ਉਹਨਾਂ ਨੂੰ ਕਿਉਂ ਲਗਾਵਾਂਗੇ ਤੇ ਫਿਰ ਇਹਨੂੰ ਤਵੇ ਦੇ ਉੱਤੇ ਨਾ ਛੀ ਤਰ੍ਹਾਂ ਤਰਫਾ ਲਵਾਂਗੇ ਲਾਲੋ ਲਾਲ ਕਰ ਲਵਾਂਗੇ ਮਦਦ ਸੇ ਵਾਸਤੇ ਅੱਜ ਜਿਹੜਾ ਅੰਡਾ ਬਣਾਵਾਂਗੀ ਉਹਨੂੰ ਬਹੁਤ ਹੀ ਪਸੰਦ ਹੈ ਫਾਤਿਮਾ ਵੀ ਉਹ ਬਹੁਤ ਹੀ ਲਾਈਕ ਕਰਦੀ ਹੈ ਫਰਾਈ ਅੰਡੇ ਬਣਾਵਾਂ ਨਾ ਤੇ ਨਹੀਂ ਖਾਂਦੇ ਜ਼ਾਇਆ ਕਰ ਦਿੰਦੇ ਨੇ ਹਾਫ ਖਾਂਦੇ ਨੇ ਹਾਫ ਛੱਡ ਜਾਂਦੇ ਨੇ ਸਿੰਪਲ ਆਮਲੇਟ ਬਣਾਵਾਂ ਤੇ ਉਹ ਵੀ ਨਹੀਂ ਖਾਂਦੇ ਤੇ ਵੈਜੀਟੇਬਲ ਐ ਖਾਂਦੇ ਨੇ ਵੈਜੀਟੇਬਲ ਆਮਲੇਟ 'ਚ ਐ ਪਿਆਜ਼ ਹਰੀ ਮਿਰਚ ਤੇ ਐਡ ਕਰਵਾ ਲੈਂਦੇ ਨੇ ਉਹਦੇ ਵਿੱਚ ਨਾ ਟਮਾਟਰ ਨਹੀਂ ਆ ਪਸੰਦ ਕਰਦੇ ਪਤਾ ਨਹੀਂ ਇਹਨਾਂ ਨੂੰ ਉਹਦਾ ਫਲੇਵਰ ਨਹੀਂ اچھا ਲੱਗਦਾ ਮੈਨੂੰ ਤੇ ਅੰਡੇ ਵਾਲਾ ਆਮਲੇਟ ਬਹੁਤ ਹੀ ਪਸੰਦ ਆ ਪਰ ਬੱਚਿਆਂ ਨੂੰ ਨਹੀਂ ਹੈਗਾ ਪਰਾਠਾ ਮੈਨੇ ਬੜਾ ਹੀ ਤਰਫਾ ਲਿਆ ਲਾਲੋ ਲਾਲ ਕਰ ਲਿਆ ਇਸਕੋ ਕਰੰਚੀ ਤੇ ਤਰਫਾ ਹੋਆ ਪਰਾਠਾ ਬਹੁਤ ਹੀ ਪਸੰਦ ਆ ਤੇ ਪਰਾਠਾ ਇੱਥੇ ਰੈਡੀ ਹੋ ਗਿਆ ਤੇ ਫਿਰ ਮੈਂ ਕਿ ਇਹਨੂੰ ਟ੍ਰੇ ਚ ਕਢ ਲੈਣਾ ਤੇ ਫਿਰ ਉਹਦਾ ਆਮਲੇਟ ਰੈਡੀ ਕਰਨੇ ਆ ਆਯੋ ਦੇ ਲਈ ਪਿਆਜ਼ ਵੀ ਕਟਣਾ ਸੀ ਮਿਰਚ ਵੀ ਕਟਣੀ ਸੀ ਛੋਟਾ ਜਿਹਾ ਪਿਆਜ਼ ਲਾਂਗੀ ਤੇ ਨਾਲ ਉਹ ਦੇ ਇੱਕ ਸਬਜ਼ ਮਚਲਾਂਗੀ ਇੱਕ ੰਡੇ ਵਾਸਤੇ ਕਾਫੀ ਹੋਏਗਾ ਇੱਥੇ ਉਹਦਾ ਪਰੌਠਾ ਰੈਡੀ ਹੋਇਆ ਟਰੇ ਚ ਮੈਂ ਕਾਲ ਦਿੱਤਾ ਪਰੌਠਾ ਚੈੱਕ ਕਰੋ ਅਰੇ ਚ ਮਾਂ ਦਾ ਪਿਆਰ ਚੈੱਕ ਕਰੋ ਕਿ ਨਾ ਮਾਂ ਪਿਆਰ ਨਾਲ ਬੱਚਿਆਂ ਵਾਸਤੇ ਜੋ ਵੀ ਸ਼ੈ ਬਣਾਉਂਦੀ ਹੈ ਨਾ ਤੇ ਉਹ ਚ ਰੱਬ ਸੋਨਾ ਨਾ ਮਜ਼ੀਦ ਉਹਨੂੰ ਖੂਬਸੂਰਤ ਤੇ ਉਹਦੀ ਚੀਜ਼ ਰੱਖ ਕੇ ਅੱਲਾ ਸ਼ਾਮਿਲ ਕਰ ਦਿੰਦਾ ਹੈ ਕਿ ਬੱਚਾ ਵੀ ਖੁਸ਼ ਹੁੰਦਾ ਤੇ ਮਾਂ ਬੜੀ ਖੁਸ਼ ਹੁੰਦੀ ਹੈ ਜਦੋਂ ਉਹਨੂੰ ਆਪਣੇ ਹੱਥਾਂ ਨਾਲ ਮਜ਼ੇਦਾਰ ਜਿਹਾ ਨਾਸ਼ਤਾ ਬਣਾ ਕੇ ਦਿੰਦੀ ਹੈ ਕਿ ਉਹ ਜਦੋਂ ਖੁਸ਼ ਹੋ ਕੇ ਖਾਂਦਾ ਹੈ ਨਾ ਕਿਉਂਕਿ ਮਾਂ ਨੂੰ ਤੇ ਪਤਾ ਹੁੰਦਾ ਹੈ ਕਿ ਇਹ ਚੀਜ਼ ਐ ਖਾਏਗਾ ਤੇ ਉਹਦੀ ਪਸੰਦ ਦੀ ਜਦੋਂ ਬਣ ਜਾਏ ਤੇ ਬੱਚਾ ਫਿਰ ਖਾਏ ਤੇ ਬੱਚੇ ਦਾ ਪੇਟ ਭੜ ਜਾਏ ਤੇ ਫਿਰ ਮਾਂ ਵੀ ਬਹੁਤ ਖੁਸ਼ ਹੋ ਜਾਂਦੀ ਹੈ ਕਿ ਸ਼ੁਕਰ ਹੈ ਕਿ ਇਨੂੰ ਪਸੰਦ ਆਇਆ ਭਾਵੇਂ ਬ੍ਰੇਕਫਾਸਟ ਹੋਵੇ ਭਾਵੇਂ ਲੰਚ ਹੋਵੇ ਤੇ ਭਾਵੇਂ ਡਿਨਰ ਹੋਵੇ ਇੱਥੇ ਪਿਆਜ਼ ਨੂੰ ਮੈਂ ਛਿੱਲ ਦਿੱਤਾ ਉਸ ਤੋਂ ਬਾਅਦ ছুরি ਨਾਲ ਇਹਦੇ ਪੀਸਿਸ ਕਰਾਂਗੀ ਇਹਨੂੰ ਚੋਪ ਕਰ ਲਵਾਂਗੀ ਛੋਟਾ ਜਿਹਾ ਪਿਆਜ਼ ਸੀ ਪਿਆਜ਼ ਬੜੀ ਸੋਨੇ ਸੀ ਕਿਉਂਕਿ ਫ੍ਰਿਜੀ ਚ ਰੱਖੀ ਸੀ ਬਾਹਰ ਤੇ ਪਿਆਜ਼ ਸੁੱਕ ਜਾਂਦੀ ਏ ਤੇ ਫ੍ਰਿਜ ਦੀ ਪਿਆਜ਼ ਬੜੀ ਅੱਛੀ ਕੱਟ ਹੁੰਦੀ ਪੀਸੀ ਤੇ ਅਗਰ ਫ੍ਰਿਜੀ ਦੀ ਪਿਆਜ਼ ਤੁਸੀਂ ਕਟਿੰਗ ਕਰੋਗੇ ਨਾ ਤੇ ਤੁਹਾਡੀਆਂ ਅੱਖਾਂ 'ਚ ਪਾਣੀ ਵੀ ਨਹੀਂ ਨਿਕਲੇਗਾ ਜਿਸਨਾਂ ਕਿ ਕਈਆਂ ਨੂੰ ਅਲਰਜੀ ਹੁੰਦੀ ਹੈ ਕਿ ਪਿਆਜ਼ ਕੱਟ ਕਰੋ ਅਕਸਰ ਲੋਕਾਂ ਦੇ ਪਾਣੀ ਨਿਕਲਦਾ ਹੈ ਉਹਨਾਂ ਦੇ ਅੱਖਾਂ ਤੇ ਨੱਕ ਵਿੱਚ ਪਾਣੀ ਆਣਾ ਸ਼ੁਰੂ ਹੋ ਜਾਂਦਾ ਹੈ ਪਿਆਜ਼ ਕਟਨਾਂ ਨੇ ਲਈ ਮੁਹਾਲ ਹੋ ਜਾਂਦਾ ਹੈ ਬਲਕਿ ਬਹੁਤ ਹੀ ਪਰੇਸ਼ਾਨ ਹੁੰਦੇ ਨੇ ਪਿਆਜ਼ ਕਟਨ ਚ ਤੇ ਮੇਰੇ ਨਾਲ ਮੇਰੇ ਨੰਮੀ ਨੂੰ ਅਲਰਜੀ ਨਹੀਂ ਹੈਗੀ ਪਿਆਜ਼ ਨਾਲ ਮੇਰੇ ਕਦੀ ਅੱਖਾਂ ਚੋਂ ਪਾਣੀ ਨਹੀਂ ਨਿਕਲੇ। ਜਿਹਨਾਂ ਦੀ ਅੱਖਾਂ ਚੋਂ ਪਾਣੀ ਨਿਕਲਦਾ ਪਿਆਜ਼ ਕੱਟ ਕਰਦੇ ਹੋਏ ਤੇ ਉਹਨਾਂ ਨੂੰ ਮੁਸ਼ਕਿਲ ਹੁੰਦਾ ਹੈ ਪਿਆਜ਼ ਕੱਟਣਾ ਉਹ ਫ੍ਰਿਜੇ ਚ ਪਿਆਜ਼ ਰੱਖਿਆ ਕਰਨ। ਫ੍ਰਿਜ ਦਾ ਪਿਆਜ਼ ਇਸਤੇਮਾਲ ਕਰਕੇ ਦੇਖਣਾ। ਉਹਨਾਂ ਦੀ ਅੱਖਾਂ ਚੋਂ ਫਿਰ ਪਾਣੀ ਬਿਲਕੁਲ ਨਹੀਂ ਨਿਕਲੇਗਾ। ਸਾਨੀ ਹੋ ਜੇਗੀ ਉਹਨਾਂ ਲਈ। ਤੇ ਜ਼ਰੂਰ ਟਰਾਈ ਕਰਨਾ ਕਿ ਤੁਸੀਂ ਜਿਨਾਂ ਨੂੰ ਇਹ ਮਸਲਾ ਹੈਗਾ ਪਿਆਜ਼ ਉਹਨਾਂ ਕੋ ਕੱਟੀ ਨਹੀਂ ਜਾਂਦੀ ਤੇ ਫ੍ਰਿਜ ਚ ਰੱਖਣ ਪਿਆਜ਼। ਇੱਥੇ ਪਿਆਜ਼ ਕੱਟ ਲੇਤਾ ਉਸ ਤੋਂ ਬਾਅਦ ਹਰੀ ਮਿਰਚ ਦਿੱਤੀ ਉਹਨੂੰ ਵੀ ਮੈਂ ਕਟ ਕਾਲ ਲੀਤਾ ਬੜੀ ਸੋਨੀ ਹਰੀ ਮਿਰਚ ਵੀ ਕੱਟੀ ਗਈ ਤੇ ਪਿਆਜ਼ ਵੀ ਕਟਿਆ ਗਿਆ ਹੁਣ ਇਥੇ ਇੱਕ ਪਿਆਰੀ ਜੀ ਚੀਨੀ ਦੀ ਪਿਆਲੀ ਲਵਾਂਗੇ ਚਮਚ ਲਵਾਂਗੇ ਤੇ ਜੇਰਾ ਮੈਂ ਵੈਜੀਟੇਬਲ ਚ ਕਟਿਆ ਐ ਇਹ ਚ ਸ਼ਾਮਿਲ ਕਰ ਦਾਂਗੇ ਬੰਦ ਗੋਭੀ ਵਾਲਾ ਵੀ ਆ ਖਾ ਲੰਦੇ ਬੰਦ ਗੋਭੀ ਪਈ ਸੀ ਪਰ ਮੈਂ ਨਹੀਂ ਯਾਦ ਵੀ ਨਹੀਂ ਰਿਹਾ ਤੇ ਬਸ ਮੈਂ ਕਿਹਾ ਚਲੋ ਪਿਆਜ਼ ਤੇ ਮਿਰਚ ਵਾਲਾ ਇਹਨਾਂ ਨੂੰ ਬਣਾ ਕੇ ਦੇਨੇ ਇਥੇ ਪਿਆਲੇ ਚ ਅੰਡਾ ਮੈਂ ਤੋੜ ਕੇ ਇਹ ਸੁੱਟ ਲੀਤਾ ਫਿਰ ਜਿਹੜੀਆਂ ਚੀਜ਼ਾਂ ਕਟੀਆਂ ਐ ਸੇ ਵੀ ਸਾਰੀਆਂ ਇਹ ਚ ਸੁੱਟ ਲਿੱਤੀਆਂ ਸਿਰਫ ਕਾਲੀ ਮਿਰਚ ਤੇ ਨਮਕ ਇਹਦੇ ਵਿੱਚ ਐਡ ਕਰਾਂਗੇ ਤੇ ਉਸ ਤੋਂ ਬਾਅਦ ਫੈਂਟੀ ਲਾ ਦਾਂਗੇ ਅੱਛੀ ਤਰ੍ਹਾਂ ਇਹਨੂੰ ਫੈਂਟ ਲਵਾਂਗੇ ਅੰਡੇ ਨੂੰ ਤੇ ਫਿਰ ਗਰਮ ਕਿਉ ਜਰਾ ਤਵੇ ਤੇ ਹੋਇਆ ਆ ਉਹ ਤੇ ਉੱਤੇ ਇਹਨੂੰ ਫਿਰ ਲੰਮਲੇਟ ਕਰ ਦਵਾਂਗੇ ਐ ਤੇ ਚਮਚ ਫੜ ਕੇ ਤੇ ਅੰਡੇ ਨੂੰ ਮੈਂ ਲਾਤੀ ਫੈਂਟੀ ਅੱਛੀ ਤਰ੍ਹਾਂ ਫੈਂਟ ਲਿਤਾ ਸੀ ਅੰਡਾ ਫੈਂਟੀ ਲਾਤੀ ਸੀ ਗਰਮ ਕਿਉ ਹੋ ਚੁ ਫਿਰ ਇਹਨੂੰ ਮੈਂ ਤਵੇ ਤੇ ਲੰਮਲੇਟ ਕਰ ਦਿੱਤਾ ਇੱਕ ਸਾਈਡ ਆ ਜੀ ਅੱਛੀ ਤਰ੍ਹਾਂ ਹੋਏਗੀ ਕਿਉਂਕਿ ਤਵਾ ਬਹੁਤ ਹੀ ਜ਼ਿਆਦਾ ਗਰਮ ਹੈਗਾ ਤੇ ਆਂਚ ਵੀ ਬੜੀ ਸਲੋ ਕੀਤੀ ਹੋਈ ਹੈ ਤੇ ਇੱਕ ਸਾਈਡ ਆ ਜੀ ਅੱਛੀ ਤਰ੍ਹਾਂ ਹੋਏਗੀ ਤੇ ਫਿਰ ਇਹਨੂੰ ਪਲਟਾਂਗੇ ਫੇਰ ਮੈਂ ਕਿਹਾ ਮੂੰਹ ਪਲਟਣ ਵਾਲਾ ਹੋ ਕੇ ਐਵੇਂ ਮਚਿੰਟਾ ਫੜ ਕੇ ਪਟਣ ਲੱਗੀ ਤੇ ਐਕੇ ਅੰਦਰ ਨੂੰ ਮੈਂ ਬੜਾ ਹੀ ਸੋਨਾ ਪਲਟ ਲਿੱਤਾ ਬਾਹਰਿਕ ਸਾਈਡ ਦੀ ਪੱਕ ਜਾਏ ਨਾ ਤੇ ਫੇਰ ਇਹਨੂੰ ਪਲਟੋ ਨਹੀਂ ਤੇ ਫੇਰ ਆਮਲੇਟ ਟੁੱਟ ਜਾਂਦਾ ਤੇ ਫੇਰ ਉਹ ਅੱਛਾ ਨਹੀਂ ਲੱਗਦਾ ਐਸ ਤਰ੍ਹਾਂ ਜ਼ਿਆਦਾ ਅੱਛਾ ਲੱਗਦਾ ਜੇ ਕਿ ਟਿੱਕੀ ਜੀ ਬਣਦੀ ਏ ਤੇ ਇੱਥੇ ਰੈਡੀ ਹੋ ਗਿਆ ਤੇ ਪਰਾਠੇ ਦੇ ਉੱਤੇ ਹੀ ਮੈਂ ਇਹਨੂੰ ਸੁੱਟ ਲਿੱਤਾ ਮੈਨੂੰ ਪਤਾ ਸੀ ਆਜਾ ਨੂੰ ਆਪਣਾ ਨਾਸ਼ਤਾ ਬਹੁਤ ਹੀ ਪਸੰਦ ਆਨਾ ਹੈ ਆਜਾ ਬਰੇ ਸ਼ੌਕ ਨਾਲ ਕਾਏਗਾ ਉਹਦੇ ਪਸੰਦਾ ਫੇਵਰਟ ਮੈਂ ਨਾਸ਼ਤਾ ਤੇ ਰੈਡੀ ਕੀਤਾ ਫਿਰ ਦੁੱਧ ਤੇ ਪਾਣੀ ਮਿਕਸ ਕਰਕੇ ਅੱਜ ਮੈਂ ਰਹਾ ਤਾਂ ਮੈਂ ਕਾਜੈਸਾ ਦੀ ਚਾਹ ਬਣਾਣੀ ਹਾਂ ਜਕਾਵੇ ਵਾਲੀ ਜ਼ਰਾ ਤੇਜ਼ ਬਣਦੀ ਹੈ ਅੱਜ ਦੁੱਧ ਪੱਤੀ ਬਣਾ ਕੇ ਉਹਨੂੰ ਮੈਂ ਦਿੱਤੀ ਲਾਈਟ ਪਤੀ ਪਾਈ ਜਿਆਦਾ ਨਹੀਂ ਮੈਂ ਇਹ ਭਈ ਚਾਹ ਰੈਡੀ ਹੋਈ ਤੇ ਕੱਪ ਜੂ ਮੈਂ ਸੁੱਟ ਲਿੱਤੀ ਅੰਡਾ ਤੇ ਪਰਾਠਾ ਉਹਦਾ ਰੈਡੀ ਸੀ ਤੇ ਨਾਲ ਮੈਂ ਆਪਣੇ ਲਈ ਵੀ ਚਾਹ ਬਣਾਈ ਸੀ ਮੈਂ ਕਿ ਮੈਂ ਵੀ ਪੀਆਂਗੀ ਹਾਫ ਕੱਪ ਮੇਰਾ ਸੀ ਪੌਨਾ ਕੱਪ ਇਹਨੂੰ ਮੈਂ ਦਿੱਤਾ ਸੀ ਕਿਉਂਕਿ ਚਾਹ ਵੀ ਨਹੀਂ ਅੱਜਕੱਲہ ਪੀ ਕੇ ਜਾਂਦੇ ਤੇ ਨਾ ਹੀ ਨਾਸ਼ਤਾ ਨੇ ਅੱਛੀ ਤਰ੍ਹਾਂ ਕਰਦੇ ਨੇ ਅੰਮਲੇਟ ਫਰਾਈ ਅੰਡਾ ਤੇ ਬਿਲਕੁਲ ਨਹੀਂ ਖਾਂਦੇ ਨਾ ਸਿੰਪਲ ਅੰਮਲੇਟ ਖਾਂਦੇ ਨੇ ਵੈਜੀਟੇਬਲ ਬਣਾਦਾ ਉਸ ਦਿਨ ਫਿਰ ਵੀ ਖੁਸ਼ ਹੋ ਕੇ ਖਾ ਲੈਂਦੇ ਨੇ ਨਾਸ਼ਤਾ ਦਾ ਰੈਡੀ ਹੋ ਗਿਆ ਤੇ ਲੈ ਕੇ ਫਿਰ ਮੈਂ ਅੰਦਰ ਚਲੀ ਗਈ ਤੇ ਉਹ ਰੈਡੀ ਹੁੰਦਾ ਪਿਆ ਸੀ ਬਰੀ ਮੁਸ਼ਕਿਲ ਨੂੰ ਮੈਂ ਉਠਾਇਆ ਜੁੱਟਦਾ ਹੀ ਨਹੀਂ ਪਿਆ ਸੀ ਛੁੱਟੀ ਕਰਨ ਦੇ ਚੱਕਰਾਂ 'ਚ ਸੀ ਮੈਨੂੰ ਲੱਗਦਾ ਕਿ ਪਹਿਲੀ ਵਾਰੀ ਸੈਟਰਡੇ ਵਾਲੇ ਦਿਨਾਂ ਸਕੂਲ ਜਾ ਰਿਹਾ ਆ। ਆਤਮਨ ਛੁੱਟੀਆਂ ਹੁੰਦੀ ਸੀ ਤੇ ਐਦੀ ਆਟੋਮੈਟਿਕ ਛੁੱਟੀਆਂ ਜਾਂਦੀ ਸੀ ਬਸ ਮੈਂ ਵੀ ਨਹੀਂ ਹੁੰਦੀ ਸੀ। ਅਲਕਸ ਹੁੰਦੀ ਸੀ। ਹੁਣ ਮੈਂ ਕਹ ਬਈ ਇਹਨੂੰ ਛੁੱਟੀ ਕੋਈ ਨਹੀਂ ਕਰਾਨੀ। ਮਦਸੇ ਵੀ ਉੱਠ ਗਿਆ ਆ ਸੀ, ਫਰੈਸ਼ ਹੋ ਗਿਆ ਸੀ, ਇਹਨੇ ਮੂੰਹ ਧੋ ਲਿੱਤਾ ਸੀ। ਹੁਣ ਰੈਡੀ ਹੋਏਗਾ, ਆਪਣਾ ਨਾਸ਼ਤਾ ਵਗੈਰਾ ਕਰੇਗਾ ਤੇ ਸਕੂਲ ਨੂੰ ਫਿਰ ਚਲਾ ਜਾਏਗਾ। ਐਥੇ ਕਰਾਂਗੀ ਵਲੌਗ ਦੇ ਅੰਦੇ ਤੁਹਾਡੇ ਕੋਲ ਅੰਗੀ ਇਜਾਜ਼ਤ ਤੇ ਆਪਣਾ ਬਹੁਤ ਖਿਆਲ ਰੱਖਣਾ ਮੀਨਾਂ। ਚਿੰਦੂਆਂ ਵਿੱਚ ਯਾਦ ਰੱਖਣਾ। ਫਿਰ ਹੋਏਗੀ ਸਾਡੀ ਮੁਲਾਕਾਤ ਨੈਕਸਟ ਵਲੌਗ ਚ ਅਗ